ਬਿਕਰਮਜੀਤ ਸਿੰਘ ਆ ਜੀ, ਮੇਰਾ ਪਿੰਡ ਰਮਦਾਸ ਹੈ। ਇਹ ਜਿਹੜੇ ਵੀਰ ਦੀ ਡੈਥ ਹੋਈ ਹੈ ਤਾਂ ਕੀ ਨਾਮ ਹੈ ਤੇ ਕੀ ਗੱਲਬਾਤ ਕੀ ਜੀ? ਇਹਦਾ ਨਾਮ ਗੁਰਪ੍ਰੀਤ ਸਿੰਘ ਆ ਜੀ, ਸਨ ਅਫਸਰ ਨਿਸ਼ਾਨ ਸਿੰਘ ਆ, ਪਿੰਡ ਦਾ ਮੰਗੇ ਖੁਰਦ। ਹਾਂਜੀ, ਇਹ ਬੱਚਾ ਜੀ ਛੁੱਟੀ ਆਇਆ ਸੀਗਾ ਜੀ 2 ਮਹੀਨੇ ਦੀ, 29 ਤਰੀਕ ਨੂੰ ਇਹਦੀ ਵਾਪਸੀ ਸੀਗੀ। ਤੇ ਪਰਿਵਾਰਕ ਮੈਂਬਰਾਂ ਦੇ ਮੁਤਾਬਕ ਇਹ ਪਿੰਡ ਦਾ ਹੀ ਬੱਚਾ ਕੋਈ, ਇਹਨੂੰ ਨਾਲ ਲੈ ਕੇ ਆਇਆ ਕਿਤੇ ਬਾਹਰ। ਤੇ ਉਹਨਾਂ ਨੂੰ ਲਾਈਟ ਲੈ ਲਿਆ ਵੀ ਚਲੋ ਬੱਚੇ ਇੱਕ ਦਿਨ ਚਲੇ ਜਾਂਦੇ। 26 ਤਰੀਕ ਦੇ ਦੌਰਾਨ ਇਹਨਾਂ ਰਾਤ ਤੱਕ ਮੈਂ ਵੀ ਸੋਚਿਆ ਵੀ ਬੱਚਾ ਆ ਜਾਏਗਾ, ਪਰ ਨਹੀਂ। ਫਿਰ 27 ਤਰੀਕ ਨੂੰ ਉਹਨਾਂ ਨੇ ਧਰਮਗੜ ਚੌਂਕੀ 'ਚ ਇਹਦੇ ਮਤਲਬ ਬਾਬਤ ਦਰਖਾਸਤ ਦਿੱਤੀ ਗਈ ਵੀ ਬੱਚਾ ਸਾਡਾ ਘਰ ਨਹੀਂ ਆਇਆ। ਪੜਤਾਲ ਕਰਨ ਦੇ ਬਾਵਜੂਦ ਵੀ 2-3 ਦਿਨ ਲੱਭਦੇ ਰਹੇ ਪਰਿਵਾਰਕ ਮੈਂਬਰਾਂ 'ਚ ਵੀ, ਰਿਸ਼ਤੇਦਾਰੀਆਂ 'ਚ ਵੀ, ਇਹ ਬੱਚਾ ਨਹੀਂ ਮਿਲਿਆ। ਪਰ ਅੱਜ ਸਾਨੂੰ ਫਿਰ ਇਹ ਕਿ ਆਪੇ ਪਿੰਡ ਦੇ ਸਰਪੰਚ ਸਾਹਿਬ ਨਾਲ ਜਿਹੜੇ ਲੋਕਲ ਜਿਹੜੇ ਪੰਜਾਬ ਬੰਦੇ ਨੇ ਮੁਤਬਿਰ ਨੇ, ਉਹਨਾਂ ਨੇ ਇਹ ਸੋਚਿਆ ਵੀ ਚਲੋ ਕਿਉਂ ਨਾ ਆਪਣੇ ਲੈਵਲ 'ਤੇ ਵੀ ਆਪਾਂ ਇਹਨੂੰ ਪੜਤਾਲ ਕਰਕੇ ਵੇਖੀਏ। ਅਤੇ ਸੱਕੀ ਦੀ ਜਿਹੜੀ ਟੋਟਲੀ ਇਧਰਲੀ ਬਾਈ ਫਿਰਦਿਆਂ ਦੌਰਾਨ ਇਹ ਬੱਚੇ ਦੀ ਜਿਹੜੀ ਲਾਸ਼ ਆ ਇਹ ਫੁੱਲੀ ਹੋਈ, ਜਿਵੇਂ ਕਿ ਤੁਸੀਂ ਵੇਖਿਆ, ਤੁਸੀਂ ਵਿਖਾਇਆ ਵੀ ਹੋਏਗਾ ਵੀ ਇਹ ਸਾਹਮਣੇ ਨਜ਼ਰ ਆਈ। ਇਹ ਮਾਮਲਾ ਕੀ ਆ, ਇਹ ਪ੍ਰਸ਼ਾਸਨ ਤੋਂ ਪੁੱਛੋ, ਮੰਗ ਕਰਦੇ ਹਾਂ ਇਹ ਮਾਮਲਾ ਕੀ ਹੋਇਆ, ਕਿੱਦਾਂ ਹੋਇਆ ਵਾ, ਇਹਦੀ ਜਿਹੜੀ ਆ ਪੂਰਨ ਤੌਰ 'ਤੇ ਜਾਂਚ ਕੀਤੀ ਜਾਵੇ ਔਰ ਇਹ ਪਰਿਵਾਰ ਨੂੰ ਇਨਸਾਫ਼ ਮਿਲਣਾ ਚਾਹੀਦਾ। ਸਰ ਕਿੰਨੀ ਕੁ ਉਮਰ ਸੀ ਇਹ ਬੱਚੇ ਦੀ? ਉਮਰ 25 ਲੱਖ ਹੈਗੀ ਸੀ। ਅਤੇ ਕਿੰਨੇ ਸਾਲ ਇਹਨੂੰ ਭਰਤੀ ਹੋਏ? ਇਹਨੂੰ 4 ਸਾਲ ਭਰਤੀ ਨੂੰ ਹੋ ਗਏ ਸੀ, 5ਵਾਂ ਸਾਲ ਜਾ ਰਿਹਾ ਸੀਗਾ ਔਰ ਬੱਚਾ ਇੱਕ ਵਾਰਾ ਸੀਗਾ ਜੀ। ਹਾਂਜੀ। ਅਤੇ ਇਹਦੀ ਕੱਲ੍ਹ ਜਿਹੜੀ 29 ਜੂਨ ਨੂੰ ਦੀ ਵਾਪਸੀ ਸੀ? ਹਾਂਜੀ, 29 ਜੂਨ ਨੂੰ ਘਰੋਂ ਇਹਨੇ ਜਾਣਾ ਸੀਗਾ, ਸਾਰਾ ਕੁਛ ਬੈਗ ਵਗੈਰਾ ਪੈਕ ਕੀਤਾ ਵਾ, ਵਰਦੀ ਧੋਤੀ ਆਪਣੀ ਇਹਨੇ ਵੀ ਮੈਂ ਜਾਣ ਦੀ ਤਿਆਰੀ 'ਚ ਹਾਂ। ਪਰ ਪਤਾ ਨਹੀਂ ਕੁਦਰਤ ਵੱਲੋਂ ਕੀ ਭਾਣਾ ਵਾਪਰਨਾ ਸੀਗਾ, ਜਾਂ ਸਾਡੀ ਕਿਸਮਤ ਮਾੜੀ ਸੀਗੀ ਜਾਂ ਕਿਸੇ ਦੇ ਮਨ ਵਿੱਚ ਖੋਟ ਸੀਗਾ, ਇਸ ਬਾਰੇ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਜਾਣਦਾ। ਪਰ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਕਿ ਇਸ ਪਰਿਵਾਰ ਦੇ ਨਾਲ ਪੂਰਨ ਇਨਸਾਫ਼ ਹੋਣਾ ਚਾਹੀਦਾ, ਇਹ ਕਿਹੜੀ ਕਾਰਵਾਈ ਪਾਈ ਆ, ਕਿਹੜੇ ਨਾਲ ਗਏ ਨੇ ਜਾਂ ਕੀ ਪਲੈਨਿੰਗਸ ਨੇ, ਇਹਦੇ ਬਾਰੇ ਪੂਰਨ ਜਾਣਕਾਰੀ। ਸਰ, ਇੱਕ ਪਿੰਡ ਸ਼ਾਹਪੁਰ ਜਾਜਾਂ ਸੱਕੀ ਨਾਲੇ 'ਚੋਂ ਇੱਕ ਫੌਜੀ ਜਵਾਨ ਦੀ ਡੈੱਡ ਬਾਡੀ ਮਿਲੀ ਹੈ, ਕੀ ਮਸਲਾ ਕੀ ਹੈ ਜੀ? ਜਿਵੇਂ ਕੱਲ੍ਹ 27/6/24 ਦੀ ਇੱਕ ਦਰਖਾਸਤ ਮਿਲੀ ਥਾਣੇ ਚੌਂਕੀ ਵਸੂਲ ਹੋਈ ਅਤੇ ਗੁਰਪ੍ਰੀਤ ਸਿੰਘ ਸਾਨੂੰ ਨਿਸ਼ਾਨ ਸਿੰਘ ਵਾਸੀ ਪਿੰਡ ਮੰਗਿਆ, ਜੋ ਆਰਮੀ 'ਚ ਨੌਕਰੀ ਕਰਦਾ, ਘਰੋਂ ਗੋਮਿਆ ਕੱਲ ਦਾ, ਜਿਹਦੀ ਹੁਣ ਤੱਕ ਭਾਲ ਕਰਦੇ ਰਹੇ। ਅੱਜ ਸਾਨੂੰ ਪਤਾ ਲੱਗਾ ਵੀ ਇਹਦੀ ਇੱਥੇ ਸੱਕੀ ਨਾਲੇ ਤੋਂ ਡੈੱਡ ਬੋਡੀ ਮਿਲੀ। ਤਾਂ ਸਰ ਕੀ ਮੌਤ ਦਾ ਕਾਰਨ ਕੀ ਲੱਗਦਾ ਜੀ? ਅਜੇ ਕੋਈ ਤਪਤੀ ਚੱਲ ਰਹੀ ਆ, ਜੋ ਸਾਹਮਣੇ ਤੱਥ ਹੋਣਗੇ ਤਾਂ ਕਾਰਵਾਈ ਮਿਲ ਜਾਊਗੀ। ਸਰ, ਪਰਿਵਾਰ ਵੱਲੋਂ ਖਾਸਾ ਜਿਤਾਇਆ ਜਾ ਰਿਹਾ ਕਿ ਜੋ ਜਿਹਦੇ ਨਾਲ ਆਇਆ ਉਦੋਂ ਉਹਨੇ ਕੁਝ ਕੀਤਾ, ਕਿ ਇੱਦਾਂ ਹੈ ਲੱਗਦਾ ਤੁਹਾਨੂੰ? ਫਿਲਹਾਲ ਅਜੇ ਕੋਈ ਬਿਆਨ ਨਹੀਂ ਲਿਖਾਇਆ, ਜੇ ਬਿਆਨ ਦਰਜ ਕਰੋਗੇ ਤਾਂ ਮੁਤਾਬਕ ਤਪਤੀ ਜਾਊਗਾ, ਉਦੋਂ ਬਾਅਦ ਕਾਰਵਾਈ ਕੀਤੀ ਜਾਊਗੀ। ਸਰ, ਪੋਸਟਮਾਰਟਮ ਕਰਵਾਇਆ ਜਾ ਰਿਹਾ? ਬਿਲਕੁਲ, ਪੋਸਟਮਾਰਟਮ ਕਰਵਾਵਾਂਗੇ। ਦੇਸ਼ ਵਿਦੇਸ਼ ਦੀਆਂ ਖਬਰਾਂ ਸਭ ਤੋਂ ਪਹਿਲਾਂ ਦੇਖਣ ਲਈ ਪੰਜਾਬੀ ਸਟੇਸ਼ਨ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰੋ। ਫੇਸਬੁੱਕ ਅਤੇ ਇੰਸਟਾਗ੍ਰਾਮ ਉਪਭੋਗਤਾ ਸਾਡੇ ਪੇਜ ਨੂੰ ਲਾਈਕ ਅਤੇ ਫੋਲੋ ਕਰੋ। ਪੰਜਾਬੀ ਸਟੇਸ਼ਨ ਚੈਨਲ ਨੂੰ ਪੱਤਰਕਾਰਾਂ ਦੀ ਜ਼ਰੂਰਤ ਹੈ, ਚਾਹਵਾਨ ਸੰਪਰਕ ਕਰੋ। ਖਬਰਾਂ ਅਤੇ ਇਸ਼ਤਿਹਾਰ ਦੇਣ ਲਈ ਸਾਡੀ ਈਮੇਲ ਅਤੇ ਸਾਡੇ ਨੰਬਰ 9417574552 'ਤੇ ਸੰਪਰਕ ਕਰੋ। ਧੰਨਵਾਦ।